ਪਿਛਲੇ ਦਿਨੀ ਅਸੀਂ ਕੁਝ ਭਾਜਪਾ ਨੂੰ ਸਵਾਲ 11 ਸਵਾਲ ਕੀਤੇ ਸੀ ਜਿਹਦੇ ਤੇ ਅਸੀਂ ਮੁਹਿੰਮ ਚੱਲ ਰਹੀ ਹੈ ਸਾਰੇ ਪੰਜਾਬ ਵਿੱਚ ਕਿ ਇਹ 11 ਸਵਾਲ ਜਦੋਂ ਭਾਜਪਾ ਦੇ ਉਮੀਦਵਾਰ ਹੋਏ ਉਹਨਾਂ ਨੂੰ ਕੀਤੇ ਜਾਣ। ਇੱਕ ਸਾਨੂੰ ਤਸੱਲੀ ਹੁੰਦੀ ਹੈ ਹੁਣ ਤੱਕ ਜਿੰਨੀਆਂ ਇਲੈਕਸ਼ਨਸ ਹੋਈਆਂ ਉਹਨਾਂ ਇਲੈਕਸ਼ਨਸ ਵਿੱਚ ਲੋਕਾਂ ਦਾ ਰਵੱਈਆ ਇਸ ਤਰ੍ਹਾਂ ਦਾ ਹੁੰਦਾ ਸੀ, ਰਿਆਇਆ ਵਾਂਗੂ ਪੇਸ਼ ਹੁੰਦੇ ਸੀ, ਹੱਥ ਜੋੜ ਕੇ ਖੜ੍ਹੇ ਹੁੰਦੇ ਸੀ ਜਦੋਂ ਉਮੀਦਵਾਰ ਨੇ ਆਉਣਾ ਉਹਦਾ ਸਵਾਗਤ ਕਰਨਾ। ਇਹ ਪਹਿਲੀ ਵਾਰੀ ਹੋਇਆ ਵੀ ਲੋਕੀ ਸਵਾਲ ਕਰਨ ਲੱਗੇ ਨੇ, ਉਹ ਤੋਂ ਜਿਹੜੇ ਪੋਲੀਟੀਕਲ ਲੋਕ ਨੇ ਉਹ ਭੁਚੱਕੇ ਜੇ ਰਹਿ ਗਏ ਵੀ ਆਹ ਕੀ ਹੋ ਗਿਆ। ਉਹ ਆਪਣੇ ਆਪ ਨੂੰ ਸੁਪਰ ਹਿਊਮਨ ਸਮਝਣ ਲੱਗੇ ਨੇ, ਉਹ ਸਮਝਦੇ ਨੇ ਵੀ ਅਸੀਂ ਰਜਵਾੜੇ ਆ, ਲੋਕ ਸਾਨੂੰ ਸਵਾਲ ਕਿਉਂ ਕਰਦੇ ਨੇ। ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਜਥੇਬੰਦੀਆਂ ਵਾਲੇ ਕਿ ਜਿਹੜੀ ਵੀ ਜਿਹਦੀ ਵੀ ਸਰਕਾਰ ਕੋਈ ਜ਼ਿਆਦਤੀ ਕਰਦੀ ਹੈ ਤਾਂ ਉਹਦੇ ਮੁੱਦੇ ਜ਼ਰੂਰ ਉਠਾਏ ਜਾਣੇ ਚਾਹੀਦੇ ਆ। ਤੁਹਾਨੂੰ ਪਤਾ ਅਸੀਂ ਦਿੱਲੀ ਇੱਕ ਵੱਡਾ ਅੰਦੋਲਨ ਲੜ ਕੇ ਆਏ ਹਾਂ, ਉੱਥੇ ਭਾਜਪਾ ਦੀ ਹਕੂਮਤ ਆ, ਉਹਨਾਂ ਨੇ ਜੋ ਕੁਝ ਸਾਡੇ ਨਾਲ ਸਲੂਕ ਕੀਤਾ ਮੇਨਲੀ ਉਹ ਸਾਰੇ ਸਵਾਲ ਉਸੇ ਉਹਨਾਂ ਦੇ ਰਵੱਈਏ ਦੇ ਆਲੇ ਦੁਆਲੇ ਘੁੰਮਦੇ ਨੇ। ਆਹ ਜਿਹੜਾ ਇਸ ਵੇਲੇ ਅੰਦੋਲਨ ਚੱਲਦਾ ਉਹ ਸਵਾਲ ਵੀ ਉਸ ਰਵੱਈਏ ਦੇ ਆਲੇ ਦੁਆਲੇ ਜਾਂ ਪਾਲਿਸੀਜ਼ ਦੇ ਉੱਤੇ ਨੇ। ਪਿਛਲੇ ਦਿਨੀ ਸ੍ਰੀ ਸੁਨੀਲ ਜਾਖੜ ਹੋਰਾਂ ਨੇ ਜਿਹੜੇ ਬੀਜੇਪੀ ਦੇ ਇਸ ਵੇਲੇ ਪ੍ਰਧਾਨ ਨੇ, ਕਿਸ ਵੇਲੇ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਕਿਹਾ ਇਹ ਗਿਆ ਸੀ ਭਈ ਉਹ ਸਾਡੇ ਸਵਾਲਾਂ ਦੇ ਜਵਾਬ ਦੇਣਗੇ। ਇੱਕ ਵੀ ਸਵਾਲ ਦਾ ਸਾਡੇ ਦਾ ਜਵਾਬ ਉਹਨਾਂ ਨੇ ਆਪਣੀ ਸਾਰੀ ਪ੍ਰੈਸ ਕਾਨਫਰੰਸ ਵਿੱਚ ਦਿੱਤਾ ਨਹੀਂ, ਸਿਰਫ ਮੱਡ ਸਲਿੰਗਿੰਗ ਕੀਤੀ ਹੈ, ਇਦੋਂ ਵੱਧ ਕੁਛ ਨਹੀਂ ਹੋਇਆ, ਚਿੱਕੜ ਸਿੱਟਣ ਤੋਂ ਸਿਵਾ ਕੁਛ ਨਹੀਂ ਹੋਇਆ। ਫਿਰ ਵੀ ਜੋ ਕੁਛ ਉਹਨਾਂ ਨੇ ਕਿਹਾ ਉਹਦੇ ਤੇ ਕੁਛ ਅਸੀਂ ਆਪਣਾ ਰਿਐਕਸ਼ਨ ਤੁਹਾਡੇ ਰਾਹੀਂ ਪਹੁੰਚਾਉਣਾ ਚਾਹੁੰਦੇ ਹਾਂ। ਉਹਨਾਂ ਨੇ ਇੱਕ ਗੱਲ ਕਹੀ ਸੀ ਭਈ ਉਹ 2014 ਚ ਆਏ, ਉਦੋਂ ਕਣਕ ਤੇ ਝੋਨਾ 32,000 ਕਰੋੜ ਰੁਪਏ ਦਾ ਪੰਜਾਬ ਵਿਚ ਵਿਕਿਆ ਸੀ ਤੇ ਹੁਣ 2024 ਵਿਚ ਇਹੀ 70,000 ਕਰੋੜ ਦਾ ਵਿਕਿਆ। ਸਾਡਾ ਇਹ ਕਹਿਣਾ ਵੀ ਉਹਨਾਂ ਨੇ A2+FL ਦੇ ਹਿਸਾਬ ਨਾਲ ਇਹ ਪਾ ਮਿਥਿਆ, ਉਹਨਾਂ ਦਾ ਵਾਅਦਾ ਸੀ C2+50% ਦਾ, ਜੇ C2+50% ਦੇ ਹਿਸਾਬ ਨਾਲ ਦਿੰਦੇ ਤਾਂ ਅੱਜ ਇਹੀ 73,000 ਕਰੋੜ ਦਾ ਇਹ ਸਾਡੀ ਦੋਵੇਂ ਫਸਲਾਂ ਹੋਣੀਆਂ ਸੀ। ਇਹ ਇੱਕ ਸਾਲ ਵਿਚ 3,000 ਕਰੋੜ ਰੁਪਇਆ ਸਾਡਾ ਉਹ ਰਗੜ ਗਏ। ਇਹਦੇ ਪਹਿਲਾਂ ਹਰ ਸਾਲ ਵਿਚ ਜਿਹੜਾ A2+FL ਨਾਲ ਸਾਨੂੰ ਘਾਟਾ ਪੈਂਦਾ ਰਿਹਾ ਉਹ ਅਲੱਗ, ਇਹ ਉਹਨਾਂ ਨੇ ਕਿਉਂ ਨੀ ਸਪਸ਼ਟ ਕੀਤਾ ਵੀ ਉਹ C2+50% ਦਾ ਫਾਰਮੂਲਾ ਜਿਹੜਾ ਉਹਨਾਂ ਦੇ ਮੈਨੀਫੈਸਟੋ ਵਿਚ ਵੀ ਸੀ ਉਹ ਉਹਨਾਂ ਨੇ ਕਿਉਂ ਉਹਨੂੰ ਇਗਨੋਰ ਕਰੀ ਰੱਖਿਆ, A2+FL ਦੇ ਮੁਤਾਬਕ ਪਾ ਦੇ ਕੇ ਸਾਨੂੰ ਟਾਲਦੇ ਰਹੇ। ਦੂਜੀ ਗੱਲ, ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਆ ਤਾਂ ਸਾਡਾ ਸਵਾਲ ਹੈ ਵੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਵਧੀਆ ਲਗਾਤਾਰ 10 ਸਾਲਾਂ ਚ ਉਹਦਾ ਉਹ ਜ਼ਿਕਰ ਕਿਉਂ ਨੀ ਕਰਦੇ। ਉਸ ਵੇਲੇ ਮਿਸਾਲ ਦੇ ਤੌਰ ਤੇ ਡੀਜ਼ਲ ਦਾ ਰੇਟ 55 ਰੁਪਏ 48 ਪੈਸੇ ਪਰ ਲੀਟਰ ਸੀ, ਜਿਹੜਾ ਇਸ ਵੇਲੇ 87 ਰੁਪਏ 11 ਪੈਸੇ ਹੈ, 60% ਇਨਕਰੀਜ਼ ਹੈ। ਇੱਕ ਟਰੈਕਟਰ, ਆਮ ਟਰੈਕਟਰ ਜਿਹੜਾ ਸੀ ਸਵਰਾਜ ਦਾ ਮੈਂ ਜ਼ਿਕਰ ਕਰਾਂ, 3.5 ਲੱਖ ਰੁਪਏ ਦਾ ਸੀ ਉਸ ਵੇਲੇ 2014 ਚ, ਜਿਹਦੀ ਕੀਮਤ ਇਸ ਵੇਲੇ 7,84,400 ਰੁਪਏ ਹੈ, 125% ਇਨਕਰੀਜ਼ ਹੈ, ਦੁੱਗਣੇ ਤੋਂ ਵੀ ਵੱਧ ਗਿਆ। ਇਸੇ ਤਰ੍ਹਾਂ ਹਰ ਚੀਜ਼ ਦੇ ਰੇਟ ਵਧੇ। ਇੱਕ ਹੋਰ ਬੜੀ ਕਮਾਲ ਹੋਈ, ਭਾਜਪਾ ਦੇ ਆਉਣ ਤੋਂ ਪਹਿਲਾਂ ਕਦੇ ਐਗਰੀਕਲਚਰ ਇਨਪੁਟਸ ਦੇ ਉੱਤੇ ਕੋਈ ਟੈਕਸ ਨਹੀਂ ਸੀ ਹੁੰਦਾ, ਇਹਨਾਂ ਨੇ ਪਹਿਲਾਂ
18% GST ਲਾਇਆ ਤੇ ਹੁਣ 28% GST ਲਾਇਆ। ਇਹ ਕੰਮ ਤਾਂ ਭਾਜਪਾ ਦਾ ਕੀਤਾ, ਇਹਦਾ ਉਹ ਜ਼ਿਕਰ ਕਿਉਂ ਨਹੀਂ ਕਰਦੇ? ਇਸੇ ਤਰ੍ਹਾਂ ਉਹਨਾਂ ਨੇ ਇੱਕ ਕਿਹਾ ਵੀ ਅਸੀਂ ਪਾਣੀ ਦੇ ਮੋਰਚੇ ਤੇ ਕੰਮ ਬਹੁਤ ਕੀਤਾ ਸੀ, ਫਿਰ ਅਸੀਂ ਚੁੱਪ ਕਿਉਂ ਕਰ ਗਏ? ਮੇਰਾ ਜਵਾਬ ਬੜਾ ਸਪਸ਼ਟ ਹੈ, ਅਸੀਂ ਮੋਰਚਾ ਹਾਲੇ ਵੀ ਲਾਉਣਾ ਹੈ, ਪਰ ਕਿਉਂਕਿ ਸਾਡੇ ਸਾਥੀਆਂ ਨੇ ਬਾਰਡਰ ਤੇ ਮੋਰਚਾ ਲਾ ਦਿੱਤਾ ਸੀ, ਅਸੀਂ ਉਹ ਮੋਰਚਾ ਕਮਜ਼ੋਰ ਨਹੀਂ ਕਰਨਾ ਚਾਹੁੰਦੇ। ਸਾਨੂੰ ਸਾਡੇ ਕੰਮ ਦਾ ਪਤਾ ਹੈ, ਅਸੀਂ ਇਲੈਕਸ਼ਨ ਨਹੀਂ ਲੜ ਰਹੇ, ਅਸੀਂ ਕਿਸਾਨਾਂ ਦੀਆਂ ਮੰਗਾਂ ਲਈ ਪਹਿਲਾਂ ਵੀ ਲੜਦੇ ਸੀ, ਹੁਣ ਵੀ ਲੜਦੇ ਹਾਂ, ਫਿਰ ਵੀ ਲੜਾਂਗੇ। ਸਾਨੂੰ ਪਤਾ ਵੀ ਕਿਹੜਾ ਮੋਰਚਾ ਅਸੀਂ ਕਦੋਂ ਲਾਉਣਾ ਸੀ, ਇੱਕ ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ ਦੂਜਾ ਮੋਰਚਾ ਨਹੀਂ ਸੀ ਲਾਉਣਾ ਚਾਹੁੰਦੇ। ਇਹ ਸਾਡੇ ਮੂੰਹ ਚ ਗੱਲ ਨਾ ਪਾਉਣ। ਤੀਸਰੀ ਗੱਲ ਇੱਕ ਇਹ ਵੀ ਮੈਨੂੰ ਸਾਨੂੰ ਮਹਿਸੂਸ ਹੁੰਦੀ ਹੈ ਵੀ ਅੱਜ ਭਾਜਪਾ ਵਾਲੇ ਜਿੱਦਾਂ ਦਾ ਬਿਹੇਵੀਅਰ ਉਹਨਾਂ ਦਾ ਹੈਗਾ, ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਗੱਲ ਕਹੀ ਸੀ, ਉਹਨਾਂ ਨੇ ਪਹਿਲਾਂ ਉਹ ਮਿਲੇ, ਉਹਦੇ ਜਵਾਬ ਚ ਅਸੀਂ ਕਮਿਸ਼ਨ ਨੂੰ ਕਹਿ ਕੇ ਆਏ ਵੀ ਸਾਡਾ ਸਾਰਾ ਸਵਾਲ ਕਰਨ ਦਾ ਪ੍ਰੋਗਰਾਮ ਟੋਟਲੀ ਪੀਸਫੁਲ ਹੋਏਗਾ, ਅਸੀਂ ਕਿਤੇ ਵਾਇਲੈਂਟ ਨਹੀਂ ਹੋਵਾਂਗੇ, ਸਵਾਲ ਕਰਨਾ ਸਾਡਾ ਅਧਿਕਾਰ ਹੈ। ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਉਹਨਾਂ ਨੇ ਆਪਣਾ ਨੁਮਾਇੰਦਾ ਚੁਣਨਾ ਹੈ, ਉਹਨਾਂ ਨੂੰ ਅਧਿਕਾਰ ਹੈ ਸਵਾਲ ਕਰਨ, ਪੁੱਛਣ ਵੀ ਉਹਨਾਂ ਦੀ ਕੀ ਪਾਲਿਸੀ ਹੈ। ਪਰ ਹੁੰਦਾ ਇਹ ਹੈ ਵੀ ਜਦੋਂ ਅਸੀਂ ਸਵਾਲ ਕਰਨਾ ਹੁੰਦਾ, ਇਹਨਾਂ ਦੇ ਕੈਂਡੀਡੇਟ ਆਉਂਦੇ ਆ, ਪਹਿਲੀ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਵੀ ਅਸੀਂ ਲੋਕਾਂ ਤੇ ਮਿੱਟੀ ਪਾ ਕੇ ਲੰਘ ਜਾਈਏ, ਉਹ ਰੁਕਦੇ ਹੀ ਨਹੀਂ, ਤੇ ਰੋਕਣ ਵਾਸਤੇ ਅੱਗੇ ਘੇਰਨਾ ਪੈਂਦਾ, ਤੇ ਜਦੋਂ ਘੇਰਦੇ ਨੇ ਤਾਂ ਜਿਹੜੇ ਇਹਨਾਂ ਦੇ ਨਾਲ ਸੋ ਕਾਲਡ ਵਰਕਰਸ ਹੁੰਦੇ ਨੇ, ਜਿਹਨਾਂ ਨੂੰ ਵਰਕਰ ਕਹਿੰਦੇ ਆ, ਉਹ ਖਰੂਦੀ ਕਿਸਮ ਦੇ ਲੋਕ ਨੇ, ਉਹ ਜਦੇ ਸਾਡੇ ਬੰਦਿਆਂ ਨਾਲ ਧੱਕਾ ਮੁੱਕੀ ਕਰਨਾ ਸ਼ੁਰੂ ਕਰ ਦਿੰਦੇ ਨੇ, ਤੇ ਪੁਲਿਸ ਉਹਨਾਂ ਦੀ ਮਦਦ ਤੇ ਆ ਜਾਂਦੀ ਹੈ। ਇਸ ਤਰ੍ਹਾਂ ਇਹ ਖੁਦ ਹਾਲਾਤ ਖਰਾਬ ਕਰਦੇ ਨੇ, ਸਾਡਾ ਕੋਈ ਮਨਸ਼ਾ ਨਹੀਂ। ਅੱਜ ਵੀ ਤੁਹਾਡੇ ਰਾਹੀਂ ਆਪਣੇ ਸਾਰੇ ਕੇਡਰ ਨੂੰ ਇਹ ਹਦਾਇਤ ਕਰਦੇ ਹਾਂ ਵੀ ਸਾਡਾ ਸਵਾਲ ਕਰਨ ਦਾ ਤਰੀਕਾ ਵੀ ਟੋਟਲੀ ਪੀਸਫੁਲ, ਵਾਇਰਸ ਦੇ ਨੇੜੇ ਤੇੜੇ ਵੀ ਨਹੀਂ ਜਾਣਾ, ਜੇ ਕੋਈ ਉਕਸਾਵੇ ਵੀ ਤਾਂ ਵੀ ਉਕਸਾਹਟ ਨਹੀਂ ਆਉਣਾ, ਇਹ ਸਾਡਾ ਫੈਸਲਾ ਹੈ। ਪਰ ਸਵਾਲ ਅਸੀਂ ਜ਼ਰੂਰ ਕਰਾਂਗੇ। ਤੇ ਹੁਣ ਤੁਹਾਡੇ ਸਾਹਮਣੇ ਹਰਿੰਦਰ ਇੱਕ ਅਗਲਾ ਮੁੱਦਾ ਇਹ ਰੱਖਾਂਗੇ, ਜਿਵੇਂ ਅਸੀਂ 11 ਸਵਾਲ ਭਾਜਪਾ ਨੂੰ ਬਣਾਏ ਸੀ, ਉਸੇ ਤਰ੍ਹਾਂ 11 ਸਵਾਲ ਅਸੀਂ ਅੱਜ ਆਪ ਨੂੰ ਬਣਾਏ ਨੇ, ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਵੀ ਉਹਨਾਂ ਤੋਂ ਵੀ ਅਸੀਂ ਆਉਣ ਵਾਲੇ ਦਿਨਾਂ 'ਚ 11 ਸਵਾਲ ਜਿਹੜੇ ਆ ਪਿੰਡਾਂ ਦੇ ਵਿੱਚ ਪੁੱਛਾਂਗੇ। ਨੰਬਰ 1, ਲੰਪੀ ਪਸ਼ੂਆਂ ਦੀ ਜਿਹਨੂੰ ਲੰਬੀ ਸਕਿਮ ਪਈ ਸੀ ਬਿਮਾਰੀ, ਉਹਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ? ਨੰਬਰ 2, ਹੜ੍ਹਾਂ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ? ਨੰਬਰ 3, ਗੜੇਮਾਰੀ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ? ਨੰਬਰ 4, ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ? ਨੰਬਰ 5, ਡੈਮ ਸੇਫਟੀ ਐਕਟ ਦਾ ਵਿਰੋਧ ਕਿਉਂ ਨਹੀਂ ਕੀਤਾ? ਨੰਬਰ 6, ਗੰਨੇ ਦੀ ਬਕਾਇਆ ਰਾਸ਼ੀ ਜੋ ਅੱਜ ਤੱਕ ਜਾਰੀ ਹੈ ਕਿਉਂ ਨਹੀਂ ਜਾਰੀ ਕੀਤੀ ਗਈ? ਨੰਬਰ 7, ਔਰਤਾਂ ਨੂੰ 1000 ਰੁਪਏ ਕਿਉਂ ਨਹੀਂ ਦਿੱਤੇ ਗਏ? ਨੰਬਰ 8, ਨਸ਼ੇ ਬੰਦ ਕਰਨ ਲਈ ਤੁਸੀਂ ਕੀ ਕੀਤਾ? ਨੰਬਰ 9, ਅਵਾਰਾ ਪਸ਼ੂਆਂ ਦਾ ਕੀ ਹੱਲ ਕੀਤਾ? ਨੰਬਰ 10, ਮੂੰਗੀ ਦੀ MSP ਤੁਸੀਂ ਕਹਿੰਦੇ ਸੀ ਉਹ ਨਹੀਂ ਦਿੱਤੀ, ਖਰੀਦ ਕਿਉਂ ਨਹੀਂ ਕੀਤੀ? ਤੇ ਸਾਰੀਆਂ ਫਸਲਾਂ ਤੇ MSP ਦੀ ਵੀ ਤੁਸੀਂ ਗੱਲ ਸੀ, ਉਹ ਕਿਉਂ ਨਹੀਂ ਕੀਤੀ? ਨੰਬਰ 11, ਖੇਤੀ ਨੀਤੀ ਕਿਉਂ ਨਹੀਂ ਤੁਸੀਂ ਬਣਾਈ? ਤੁਸੀਂ ਕਹਿੰਦੇ ਸੀ 2 ਮਹੀਨੇ 'ਚ 3 ਮਹੀਨੇ 'ਚ ਖੇਤੀ ਨੀਤੀ ਅਸੀਂ ਬਣਾ ਦੇਵਾਂਗੇ, ਪਰ ਉਹ ਵੀ ਨਹੀਂ ਬਣਾਈ। ਅਸੀਂ 3 ਦਿਨ ਚੰਡੀਗੜ੍ਹ ਅੰਦੋਲਨ ਕੀਤਾ ਸੀ, 3 ਦਿਨ 12 ਮੰਗਾਂ 'ਤੇ ਵੀ ਸਾਡੀ ਸਹਿਮਤੀ ਹੋਈ ਸੀ, ਉਹਨਾਂ 'ਚੋਂ ਵੀ ਕੋਈ ਮੰਗਾਂ ਜਿਹੜੀਆਂ ਉਹ ਸਾਡੀਆਂ ਤੁਸੀਂ ਨਹੀਂ ਸਾਨੂੰ ਦਿੱਤੀਆਂ, ਕੋਈ ਐਲਾਨ ਨਹੀਂ ਕੀਤੇ, ਇਹ ਅਸੀਂ ਆਪ ਵੱਲੋਂ ਵੀ ਜਿਹੜੇ ਸਵਾਲ ਨੇ ਬਣਾਏ ਜਾਵਾਂਗੇ। ਦੂਸਰਾ,
ਸਾਡੇ ਤੇ ਇੱਕ ਹੋਰ ਅਟੈਕ ਜਿਹੜਾ ਇਹਨਾਂ ਦੇ ਹੰਸ ਨੇ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਵੀ ਸਾਡੇ ਤੇ ਕੀਤਾ ਤੇ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਜਦ ਲੋਕ ਸਭਾ ਮੈਂਬਰ ਪਿਛਲੇ 5 ਸਾਲ ਰਹੇ ਹੋ ਤੁਸੀਂ ਕੀ ਕੀਤਾ ਕੋਈ ਵੀਡੀਓ ਦਿਖਾ ਦਿਓ ਕਿਸਾਨਾਂ ਦੇ ਹੱਕ ਲਈ ਅੱਜ ਕਹਿੰਦੇ ਆ ਜੀ ਮੈਂ ਕਿਸਾਨ ਮਜ਼ਦੂਰ ਦੇ ਹੱਕ ਲਈ ਲੜੂੰਗਾ ਮੈਂ ਮਜ਼ਦੂਰ ਹਾਂ ਉਹ ਕੋਈ ਇੱਕ ਵੀਡੀਓ ਸਾਨੂੰ ਦਿਖਾ ਦੇਣ ਕੋਈ ਇੱਕ ਮੰਗ ਉਹਨਾਂ ਨੇ ਉੱਠ ਕੇ ਉੱਥੇ ਮੰਗੀ ਹੋਵੇ ਵੀ ਆਹ ਕਿਸਾਨਾਂ ਨੂੰ ਚਾਹੀਦਾ ਇਹ ਗਰੀਬਾਂ ਨੂੰ ਇਹ ਮਜ਼ਦੂਰਾਂ ਨੂੰ ਹੱਕ 'ਚ ਕੋਈ ਗੱਲ ਕੀਤੀ ਹੋਵੇ ਦੂਸਰਾ ਉਹ ਕਹਿੰਦੇ ਆ ਵੀ ਗਰੀਬ ਆਦਮੀ ਇਹਨੂੰ ਮੈਨੂੰ ਤੰਗ ਕਰ ਰਹੇ ਆ 1 ਕਰੋੜ ਦੀ ਉਹ ਕਾਰ ਲਈ ਫਿਰਦੇ ਆ 12 ਕਰੋੜ ਦੀ ਉਹਨਾਂ ਕੋਲ ਕੋਠੀ ਆ ਜਿੰਨੇ ਉਮੀਦਵਾਰ ਉੱਥੇ ਖੜੇ ਨੇ ਉਹ ਸਾਰਿਆਂ ਨੂੰ ਅਮੀਰ ਨੇ ਮੈਨੂੰ ਤਾਂ ਲੱਗਦਾ ਜਿੰਨੇ ਪੰਜਾਬ 'ਚ ਖੜੇ ਅੱਧੇ ਉਮੀਦਵਾਰਾਂ ਨੂੰ ਅਮੀਰ ਹੋਣਗੇ ਅਤੇ ਉਹ ਗਰੀਬ ਕਿੱਥੋਂ ਹੋ ਗਏ ਗਰੀਬਾਂ ਦੀ ਗੱਲ ਕਿਉਂ ਨਹੀਂ ਕਰਨਗੇ ਪਿਛਲੇ 5 ਸਾਲਾਂ 'ਚ ਉਹਨਾਂ ਨੇ ਗਰੀਬਾਂ ਦੀ ਗੱਲ ਕਿਉਂ ਨਹੀਂ ਕੀਤੀ ਹੁਣ ਕਿਵੇਂ ਕਰ ਲੈਣਗੇ ਗਰੀਬਾਂ ਦੀ ਗੱਲ ਸਾਡਾ ਸ਼ਾਂਤਮਈ ਢੰਗ ਦੇ ਨਾਲ ਅਸੀਂ ਉਹਨਾਂ ਦਾ ਵਿਰੋਧ ਜਿਹੜਾ ਕਰਦੇ ਹਾਂ ਫਿਰ ਕਹਿੰਦੇ ਜਿਹੜੇ ਇਹ ਆਉਣਗੇ ਜੁੱਤੀਆਂ ਮਾਰਾਂਗੇ 1 ਤਰੀਕ ਨੂੰ ਵੋਟਾਂ ਪਾਓ 2 ਨੂੰ ਮੈਂ ਦੇਖੂੰਗਾ ਉਹ ਤੁਸੀਂ ਸਾਨੂੰ ਕੀ ਦੇਖ ਲਓਗੇ ਅਸੀਂ ਪੰਜਾਬੀ ਹਾਂ ਦੂਜੇ ਸਿੱਖ ਹਾਂ ਸਾਨੂੰ ਦੇਖਣ ਵਾਲਾ ਕੋਈ ਨਹੀਂ ਬਣਿਆ ਮੋਦੀ ਨੇ ਵੀ ਕਿਹਾ ਸੀ ਮੈਂ ਦੇਖੂੰਗਾ ਮੋਦੀ ਨੇ ਬਥੇਰਾ ਕੁਝ ਸਾਡੇ ਲਈ ਕੀਤਾ ਰੋੜੇ ਗੱਡੇ ਸਾਡੇ ਤੇ ਗੋਲੀਆਂ ਭਰਾਈਆਂ ਪਰ ਕੁਝ ਨਹੀਂ ਕਰ ਸਕੇ ਆਖਰ ਨੂੰ ਗਲਤੀ ਮੰਨ ਕੇ ਉਹਨੇ 3 ਕਾਲੇ ਕਾਨੂੰਨ ਵਾਪਸ ਲਏ ਸੀਗੇ ਇਸ ਲਈ ਇਹੋ ਜਿਹੀਆਂ ਗੱਲਾਂ ਮਾੜੀਆਂ ਹਰਕਤਾਂ ਇਹਨਾਂ ਲੋਕਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਇਹ ਹਿੰਸਾ ਸਹਿਣ ਵਾਲੇ ਬੰਦੇ ਨਹੀਂ ਪੰਜਾਬੀ ਪਿਆਰ ਨਾਲ ਕੁਝ ਕਰਵਾ ਲਓ ਪਰ ਜੇ ਸਾਨੂੰ ਕੋਈ ਧੱਕੇ ਨਾ ਕਹੂਗਾ ਅਸੀਂ ਦਬਣ ਵਾਲੇ ਨਹੀਂ ਅਸੀਂ ਵਿਰੋਧ ਕਰਾਂਗੇ ਧੰਨਵਾਦ ਜੀ ਹੁਣ ਹਰਮੀਤ ਸਿੰਘ ਕਾਦੀਆਂ ਜਿਹੜਾ ਆਪਣਾ ਪੰਜਾਬੀ ਸੂਬਾ ਐਸ ਕੇ ਐਮ ਇਹ ਸਮਝਦੀ ਆ ਵੀ ਇਹਦੇ 'ਚ ਸਭ ਤੋਂ ਵੱਧ ਭਾਈਚਾਰਕ ਸਾਂਝ ਆ ਇਹ ਭਾਈਚਾਰਕ ਸਾਂਝ ਦਾ ਸਬੂਤ ਅੰਦੋਲਨ ਵੀ ਆ ਅਤੇ ਅਲੱਗ ਅਲੱਗ ਲੱਗੇ ਹੋਏ ਮੋਰਚੇ ਜਿੱਥੇ ਸਾਥ ਵੀ ਦਿੰਦਾ ਅਤੇ ਕਿਸਾਨ ਵੀ ਉਹਨਾਂ ਦੇ ਨਾਲ ਉਹਨਾਂ ਦੀ ਮੁਸ਼ਕਲਾਂ ਨਾਲ ਖੜਦੇ ਆ ਕੀਤੀ ਗਈ ਐਸ ਕੇ ਐਮ ਵੱਲੋਂ 21 ਤਰੀਕ ਨੂੰ ਵੱਡਾ ਕੱਟ ਕਰਕੇ ਜਗਰਾਵੇ ਇਹਦੀ ਵਿਰੋਧਤਾ ਦਰਜ ਕੀਤੀ ਜਾਊਗੀ ਜਿਹੜੇ ਸਵਾਲ ਪ੍ਰਸ਼ਨ ਕੈਂਡੀਡੇਟਸ ਬੋਲ ਰਹੇ ਨੇ ਉਹ ਆਪਣੇ ਸਵਾਲਾਂ ਦੇ ਜਵਾਬ ਕਿਸੇ ਤਰੀਕੇ ਨਾਲ ਵੀ ਦਰਜ ਕਰਾ ਦੇਣ ਅੱਜ ਜੇ ਮਾਣਯੋਗ ਬੀਜੇਪੀ ਦੇ ਪ੍ਰਧਾਨ ਨੇ ਇੱਥੇ ਸਵਾਲ ਕੀਤੇ ਅੱਜ ਅਸੀਂ ਉਹਦੇ ਜਵਾਬ ਦਿੱਤੇ ਆ ਉਹ ਆਪਣੀ ਸ਼ਬਦਾਵਲੀ ਨੂੰ ਚੰਗਾ ਰੱਖਦੇ ਹੋਏ ਅਗਲੇ ਆਂਸਰ ਜਦੋਂ ਮਰਜ਼ੀ ਦੇ ਸਕਦੇ ਆ ਜਿਹਦਾ ਸਾਨੂੰ ਖਰਾਬ ਕਿਸਮ ਦੇ ਆਂਸਰ ਸਮਝਦੇ ਆ ਤਾਂ ਅਸੀਂ ਤਾਂ ਲੌਜੀਕਲੀ ਉਹਨਾਂ ਨੂੰ ਕੁਐਸਚਨ ਪੁੱਛੇ ਆ ਤੇ ਲੌਜੀਕਲੀ ਉਹ ਆਪਣੇ ਆਂਸਰ ਦੇਣ ਆਪਣੇ ਆਂਸਰ ਤੋਂ ਭੱਜਣ ਨਾ ਉਹੀ ਲੋਕ ਉਹਨਾਂ ਨੂੰ ਪਿੰਡਾਂ 'ਚ ਪੁੱਛ ਰਹੇ ਨੇ 21 ਤਰੀਕ ਨੂੰ ਸਾਰਿਆਂ ਨੂੰ ਤੁਹਾਡੇ ਮਾਧਿਅਮ ਥਰੂ ਅਸੀਂ ਬੇਨਤੀ ਕਰਦੇ ਹਾਂ ਵੀ ਵੱਡੇ ਕੱਟ ਦੇ ਰੂਪ ਦੇ ਵਿੱਚ ਜਿਹੜੇ ਬੀਜੇਪੀ ਦੇ ਵਿਰੋਧ ਦੇ ਤੇ ਸਰਕਾਰਾਂ ਮੌਕੇ ਦੀਆਂ ਵਿਰੋਧ ਦੇ ਉੱਤੇ ਜਿਹੜੀਆਂ ਆਪਣੀ ਮੰਗਾਂ ਨੇ ਉਹਦੇ ਵੱਡੇ ਕੱਟ ਆਪਾਂ 21 ਤਰੀਕ ਨੂੰ ਜਗਰਾਵਾਂ 'ਚ ਲੈ ਕੇ ਜਾਈਏ ਜਿੱਥੇ ਜਿਹੜੀ ਇਲੈਕਟ੍ਰੋਨਲ ਪੋਲੀਟਿਕਸ ਦਾ ਉਹਨੂੰ ਇਹ ਸਮਝ ਲੱਗੇ ਵੀ ਲੋਕ ਆਪਣੀ ਮੰਗਾਂ ਲਈ ਜਾਗਰੂਕ ਹੋ ਚੁੱਕੇ ਆ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਅੱਗੇ ਆਉਣ ਵਾਲੇ ਸਮੇਂ 'ਚ ਵੋਟ ਪਾਉਣਗੇ ਤੇ ਸਾਰੇ ਆਵਾਮ ਨੂੰ ਇਹ ਬੇਨਤੀ ਐਸ ਕੇ ਐਮ ਵੱਲੋਂ ਵੀ ਜਿਹੜਾ ਆਪਣਾ ਭਾਈਚਾਰਕ ਸਾਂਝ ਤੁਹਾਡੀ ਗਲੀ ਮੁਹੱਲੇ ਪਿੰਡਾਂ 'ਚ ਬਣਿਆ ਹੋਇਆ ਉਹਨੂੰ ਆਹ ਇਲੈਕਸ਼ਨਾਂ ਖਾਤਰ ਖਰਾਬ ਨਾ ਕਰਨ ਤੇ ਸ਼ਾਂਤਪੂਰਨ ਵੀ ਆਪਣੀ ਵੋਟ ਪਾਉਣ ਇੱਕ ਬੇਨਤੀ ਮੈਂ ਹੋਰ ਕਰਨੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਇੱਥੇ ਜਿਹੜਾ ਦਿੱਲੀ ਅੰਦੋਲਨ ਹੈ ਉਹ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਆਲ ਪਾਰਟੀ ਮੀਟਿੰਗ ਸੱਦੀ ਸੀ ਐਸੇ ਹਾਲ ਵਿੱਚ ਇਹਦੇ ਉਸ ਵੇਲੇ ਸੁਨੀਲ ਜਾਖੜ ਹੋਣੀ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰ ਉਸ ਸੈਮੀਨਾਰ ਦੇ ਵਿੱਚ ਉਸ ਆਲ ਪਾਰਟੀ ਮੀਟਿੰਗ 'ਚ ਹਾਜ਼ਰ ਸੀ ਸਾਰੀ ਗੱਲਬਾਤ ਅਖੀਰ ਵਿੱਚ ਜਾਖੜ ਸਾਹਿਬ ਨੂੰ ਮੈਂ ਟਾਈਮ ਦਿੱਤਾ ਸੀ ਇਹ ਬੋਲੇ ਸੀ ਇਹਨਾਂ ਦੇ ਮੈਂ ਸ਼ਬਦ ਜਾਖੜ ਸਾਹਿਬ ਨੂੰ ਯਾਦ ਕਰਾਉਣਾ ਇਹਨਾਂ ਨੇ ਕਿਹਾ ਸੀ ਬਈ ਜਿਸ ਤਰ੍ਹਾਂ ਦੇ ਕਾਨੂੰਨ ਜਿਨ੍ਹਾਂ ਦਾ ਅੱਜ ਇੱਥੇ ਸੈਮੀਨਾਰ 'ਚ ਜ਼ਿਕਰ ਹੋਇਆ
ਜੇ ਇਕੱਠੇ ਹੋ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਨਾ ਲੜੇ ਸਾਰੇ ਪਾਰਟੀਆਂ ਵਾਲੇ ਸਾਰੇ ਪੰਜਾਬੀ ਤਾਂ ਘੱਟੋ ਘੱਟ ਪੰਜਾਬ ਨੇ ਨਹੀਂ ਬਚਣਾ। ਔਰ ਇਹ ਵੀ ਕਿਹਾ ਸੀ ਭਈ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਸਾਨੂੰ ਸੱਦਾ ਦਿਓ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਈ ਕਰਾਂਗੇ। ਤੇ ਅਸੀਂ ਤਾਂ ਲੜਾਈ ਕਰਕੇ ਕਾਨੂੰਨ ਵਾਪਸ ਕਰਾ ਕੇ ਆ ਗਏ। ਇਹ ਮੋਢੇ ਨਾਲ ਮੋਢਾ ਸਾਡੇ ਨਾਲ ਅੱਜ ਤੱਕ ਜਾਖੜ ਸਾਹਿਬ ਨੇ ਤਾਂ ਲਾਇਆ ਨਹੀਂ, ਇੱਕ ਗੱਲ। ਦੂਸਰੀ, ਸਾਨੂੰ ਇਹ ਲੱਗਦਾ ਵੀ ਅੱਜ ਹੁਣ ਬੀਜੇਪੀ ਕੋਈ ਨਹੀਂ ਹੈ, ਇਹ ਹਾਈਬ੍ਰਿਡ ਹੋ ਗਈ। ਇਹਦੇ ਵਿੱਚ ਕਾਂਗਰਸ ਵੀ ਆ ਗਈ, ਅਕਾਲੀ ਦਲ ਵੀ ਆ ਗਿਆ, ਆਮ ਆਦਮੀ ਪਾਰਟੀ ਵੀ ਆ ਗਈ, ਸਾਰੀਆਂ ਪਾਰਟੀਆਂ ਦਾ ਮਿਲਗੋਭਾ ਜਿਹਾ ਇਹ ਇਸ ਤਰ੍ਹਾਂ ਦੀ ਪਾਰਟੀ ਬਣ ਗਈ ਜਿਹੜੀ ਮਿਕਸ ਬਰੀਡ ਜੀ ਹੈ। ਤੇ ਉਹਨਾਂ ਨੂੰ ਕੋਈ ਆਪੋ ਵਿਚ ਹੀ ਉਹਨਾਂ ਦੇ ਸੁਭਾਅ ਵੀ ਨਹੀਂ ਹਾਲੇ ਮਿਲੇ। ਏਦਾਂ ਦਾ ਜਦੋਂ ਆਪੋ ਵਿਚ ਹੀ ਇਕੱਠੇ ਹੋਏ ਫਿਰ ਟਾਈਮ ਨਹੀਂ ਮਿਲਿਆ ਹਾਲੇ ਆਪੋ ਵਿਚ ਹੀ ਕੁਹੀਨ ਬਣਾਉਣ ਵਾਸਤੇ, ਆਪੋ ਵਿਚ ਹੀ ਸਾਂਝ ਬਣਾਉਣ ਵਾਸਤੇ ਇਹਨਾਂ ਨੂੰ ਸਮਾਂ ਨਹੀਂ ਮਿਲਿਆ। ਤੇ ਕੋਈ ਕੁਛ ਬੋਲੀ ਜਾਂਦਾ, ਕੋਈ ਕੁਛ ਬੋਲੀ ਜਾਂਦਾ, ਇੱਕ ਤਰ੍ਹਾਂ ਦੀ ਇਨਡਿਸਿਪਲਿਨਡ ਫੌਜ ਹੈ ਜਿਹੜੀ ਆਪਣੇ ਆਪ ਨੂੰ ਹੁਕਮਰਾਨ ਸਮਝਦੀ ਹੈ, ਲੋਕਾਂ ਨੂੰ ਰਿਆਇਆ ਸਮਝਦੀ ਹੈ। ਤੇ ਇਸੇ ਕਰਕੇ ਉਹਨਾਂ ਨੂੰ ਸਾਡੇ ਸਵਾਲ ਅਜੀਬ ਲੱਗਦੇ ਨੇ, ਇਹਦਾ ਉਹ ਜਵਾਬ ਦੇਣਾ ਨਹੀਂ ਚਾਹੁੰਦੇ। ਸਾਨੂੰ ਅਫਸੋਸ ਹੈ ਵੀ ਸਾਡੇ 11 ਸਵਾਲਾਂ ਦਾ ਜਵਾਬ ਦਿੰਦੇ ਸਾਨੂੰ ਖੁਸ਼ੀ ਹੁੰਦੀ। ਜੇ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਆਪਣੀ ਪੂਰੀ ਫੌਜ ਨਾਲ ਬਿਠਾ ਕੇ ਪ੍ਰੈਸ ਕਾਨਫਰੰਸ ਦੇ ਵਿਚ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ ਤੇ ਪੰਜਾਬ ਦੇ ਲੋਕ ਇਹਦੇ ਮਾਹਨੇ ਕੀ ਕੱਢਣ? ਇਹ ਲੋਕਾਂ ਨੂੰ ਸੋਚਣਾ ਪਏਗਾ। ਅਸੀਂ 13 ਮਹੀਨੇ ਉਥੇ ਬੈਠੇ ਅੰਦੋਲਨ ਚ, ਸਰਕਾਰ ਇਹਨਾਂ ਦੀ ਸੀ, ਸਵਾਲ ਕਿਤੇ ਕਰੀਏ ਘੁੱਦੇ ਤੇ ਇਹਨਾਂ ਤੇ ਹੋਣਗੇ। ਪੰਜਾਬ ਸਰਕਾਰ ਨਾਲ ਜੋ ਕੁਝ ਸੰਬੰਧਿਤ ਆ, ਹਰਿੰਦਰ ਸਿੰਘ ਨੇ ਆ ਜੋ ਸਵਾਲ ਪੜ ਕੇ ਸੁਣਾਤੇ, ਉਹ ਵੀ ਸਾਡੇ ਲੋਕ ਸਵਾਲ ਕਰ ਰਹੇ ਨੇ। ਇੱਥੇ ਪੰਜਾਬ ਵਿਚ ਰਾਜ ਕਰਨ ਵਾਲੀ ਪਾਰਟੀ ਤੇ ਵੀ ਸਵਾਲ ਕਰ ਰਹੇ ਹਾਂ, ਜਿਨ੍ਹਾਂ ਦਾ ਕੇਂਦਰ ਵਿਚ ਰਾਜ ਭਾਗ ਸੀ ਉਹਨਾਂ ਤੇ ਵੀ ਸਵਾਲ ਕਰ ਰਹੇ ਹਾਂ। ਤੇ ਸਵਾਲ ਕਰਨਾ ਸਾਡਾ ਅਧਿਕਾਰ ਹੈ। ਅਫਸੋਸ ਇਹ ਹੈ ਵੀ ਇਹ ਇਹਨਾਂ ਦੀ ਜਿਹੜੀ ਰੁਚੀ ਸੀ ਉਹ ਅਨਡੈਮੋਕ੍ਰੇਟਿਕ ਹੀ ਨਹੀਂ, ਡਿਕਟੇਟਰਾਂ ਵਾਲੀ ਰੁਚੀ ਸੀ। ਡਿਕਟੇਟਰਾਂ ਵਾਂਗ ਪੇਸ਼ ਆਏ, ਲੋਕਾਂ ਨੂੰ ਭੁੱਲ ਗਏ ਵੀ ਇਹ ਲੋਕ ਇਸ ਦੇਸ਼ ਦੇ ਨੇ, ਸਾਡੇ ਵੋਟਰ ਨੇ। 13 ਮਹੀਨੇ ਉਥੇ ਬਿਠਾ ਕੇ ਰੱਖਣਾ, 750 ਕਿਸਾਨਾਂ ਨੂੰ ਸ਼ਹੀਦ ਕਰ ਦੇਣਾ ਤੇ ਸਾਹਮਣੇ ਲੋਕਾਂ ਦੇ ਮੈਂ ਇੱਕ ਕੇਸ ਦੀ, ਸ਼ੁਭ ਕਰਨ ਵਾਲੇ ਕੇਸ ਦੀ ਜਾਂਚ ਹੋ ਰਹੀ ਹੈ। ਮੈਂ ਉਸ ਜੱਜ ਨੂੰ ਸਵਾਲ ਕੀਤਾ ਸੀ ਜੀ ਮੈਨੂੰ ਦੱਸਿਓ ਮੇਰਾ ਡੈਮੋਕ੍ਰੈਟਿਕ ਰਾਈਟ ਹੈ ਪੀਸਫੁਲ ਪ੍ਰੋਟੈਸਟ ਕਰਨ ਦਾ? ਕਹਿੰਦੇ ਹਾਂ। ਮੈਂ ਦਿੱਲੀ ਜਾਣਾ ਚਾਹੁੰਦਾ, ਕਿਸੇ ਨੂੰ ਡਿਸਟਰਬ ਨਹੀਂ ਕਰਦਾ, ਨੈਸ਼ਨਲ ਹਾਈਵੇ ਦੇ ਉੱਤੇ ਜਾਣਾ ਹੈ ਤੇ ਮੇਰਾ ਜਾਣ ਦਾ ਅਧਿਕਾਰ ਹੈ। ਹਾਂ। ਮੈਂ ਕਿਹਾ ਦਿੱਲੀ ਮੇਰੀ ਰਾਜਧਾਨੀ ਹੈ, ਉੱਥੇ ਜਾਣਾ ਚਾਹੁੰਦਾ, ਜਾ ਸਕਦਾ? ਹਾਂ। ਤੇ ਜੇ ਮੈਂ ਕਾਨੂੰਨ ਤੋੜਾਂ, ਪੁਲਿਸ ਮੈਨੂੰ ਗ੍ਰਿਫਤਾਰ ਕਰ ਸਕਦੀ ਹੈ? ਕਰ ਸਕਦੀ ਹੈ। ਤੇ ਮੈਂ ਕਿਹਾ ਜੇ ਅਸੀਂ ਨੈਸ਼ਨਲ ਹਾਈਵੇ ਬਲੌਕ ਕਰ ਦਈਏ ਤਾਂ ਸਾਡੇ ਤੇ ਨੈਸ਼ਨਲ ਹਾਈਵੇ ਐਕਟ ਵਿਚ ਪਰਚਾ ਦਰਜ ਹੁੰਦਾ। ਕੇਂਦਰ ਦੀ ਸਰਕਾਰ ਨੇ ਪਹਿਲਾਂ ਤੇ ਹੁਣ ਹਰਿਆਣੇ ਦੀ ਸਰਕਾਰ ਨੇ ਇਸ ਤਰ੍ਹਾਂ ਕਿੱਲ ਗੱਡੇ 7-7 ਲੇਅਰ ਦੇ ਵਿਚ ਬੈਰੀਕੇਡ ਖੜੇ ਕੀਤੇ ਤੇ ਪੰਜਾਬ ਦਾ 2 ਵਾਰੀ, ਇੱਕ ਵਾਰੀ ਭਜਨ ਲਾਲ ਹਕੂਮਤ ਵੇਲੇ, ਦੂਜੀ ਵਾਰੀ ਹੁਣ ਖੱਟਰ ਹਕੂਮਤ ਨੇ ਇਸ ਤਰ੍ਹਾਂ ਸਾਰੇ ਦੇਸ਼ ਨਾਲੋਂ ਕੁਨੈਕਸ਼ਨ ਕੱਟਤਾ ਜਿਵੇਂ ਇੱਥੇ ਫੋਰਨਰ ਵੱਸਦੇ ਹੋਣ, ਪੰਜਾਬੀ ਇਸ ਦੇਸ਼ ਦਾ ਹਿੱਸਾ ਨਾ ਹੋਣ। ਔਰ ਇਸ ਤਰ੍ਹਾਂ ਉਹਨਾਂ ਤੇ ਜਿਹੜਾ ਟੀਅਰ ਗੈਸ ਛੱਡੀ ਗਈ, ਜਿਹੜੇ ਢੰਗ ਨਾਲ ਅੰਨੇ ਵਾਹ ਟੀਅਰ ਗੈਸ ਛੱਡੀ, ਉਹਨਾਂ ਤੇ ਗੋਲੀਆਂ ਭਰਾਈਆਂ, ਉਹ ਇਸ ਤਰ੍ਹਾਂ ਕੀਤਾ ਜਿਵੇਂ ਕਿਤੇ ਪਾਕਿਸਤਾਨ ਦੀ ਫੌਜ ਨਾਲ ਲੜਾਈ ਹੁੰਦੀ ਹੋਵੇ।
ਤੇ ਫਿਰ ਇੱਥੇ ਦੇ ਲੋਕ ਜਿਹੜੇ ਇਸ ਦੇਸ਼ ਦੇ ਵਾਸੀ ਨੇ, ਇਹਦੇ ਮਾਲਕ ਨੇ, ਅਸਲੀ ਇੱਥੇ ਦੇ ਵੋਟਰ ਨੇ, ਜਿਨ੍ਹਾਂ ਨੇ ਹਕੂਮਤ ਚੁਣਨੀ ਹੈ, ਉਹਨਾਂ ਨੂੰ ਸਵਾਲ ਕਰਨ ਦਾ ਅਧਿਕਾਰ ਹੈ, ਉਹਨੂੰ ਇਹ ਇਨਕਾਰ ਨਹੀਂ ਕਰ ਸਕਦੇ। ਜੇ ਇਹਨਾਂ ਨੂੰ ਲੱਗਦਾ ਵੀ ਉਹ ਕੋਈ ਕੰਸਟੀਟਿਊਸ਼ਨ ਤੋਂ ਬਾਹਰ ਗੱਲ ਕਰਦੇ ਆ, ਜਾਂ ਤਾਂ ਸਾਬਤ ਕਰਨ, ਜੇ ਨਹੀਂ ਜਵਾਬ ਦੇਣਾ ਬਾਹਰ ਹੋ ਜਾਣ ਚੋਣ ਅਖਾੜੇ ਚੋਂ। ਜੇ ਸਾਡੇ ਕੋਲੋਂ ਵੋਟਾਂ ਲੈਣੀ ਹੈ ਤਾਂ ਸਵਾਲ ਤਾਂ ਜਵਾਬ ਦੇਣੇ ਹੀ ਪੈਣਗੇ। ਓਪਨ ਡਿਬੇਟ ਕਰਨ ਲਈ ਅਸੀਂ ਹਮੇਸ਼ਾ ਤਿਆਰ ਹਾਂ, ਜਦੋਂ ਮਰਜ਼ੀ ਜਾਖੜ ਸਾਹਿਬ ਕਹਿਣ, ਅਸੀਂ ਕੋਈ ਵੀ ਦਿਨ ਉਹਨਾਂ ਨਾਲ ਰੱਖ ਲਾਂਗੇ, ਜਿਹੜਾ ਉਹਨਾਂ ਨੇ ਸਾਨੂੰ ਦੱਸਣਾ ਵੀ ਕਿਸ ਦਿਨ ਕਿਸ ਜਗ੍ਹਾ ਤੇ ਕਿਹੜੀ ਤਾਰੀਖ ਨੂੰ ਉਹ ਜਿੱਥੇ ਕਹਿਣਗੇ ਅਸੀਂ ਉੱਥੇ ਡਿਬੇਟ ਕਰਨ ਲਈ ਪਹੁੰਚ ਜਾਂਗੇ। ਉਹ ਇੰਡੀਵਿਜੁਅਲ ਕੇਸ ਹੈ, ਉਹਦੇ ਨਾਲ ਐਸਕੇਐਮ ਦਾ ਸੰਬੰਧ ਨਹੀਂ। ਅਸੀਂ ਹੁਣੇ ਤੁਹਾਡੇ ਸਾਹਮਣੇ ਕਿਹਾ ਵੀ ਅਸੀਂ ਇਸ ਤਰ੍ਹਾਂ ਦੇ ਵਰਤਾਰੇ ਵਿੱਚ ਬਿਲਕੁਲ ਸ਼ਾਮਲ ਨਹੀਂ, ਅਸੀਂ ਇਹਨੂੰ ਰੈਕਗਨਾਈਜ਼ ਨਹੀਂ ਕਰਦੇ। ਉਹ ਉਹਨਾਂ ਦੇ ਕਹਿਣ ਤੇ ਛੱਡੋ, ਅਸੀਂ ਇਸ ਵਰਤਾਰੇ ਨੂੰ ਅਪਰੂਵ ਨਹੀਂ ਕਰਦੇ। ਸਾਡਾ ਪਿਛਲੇ ਅੰਦੋਲਨ ਵਿਚ ਵੀ, ਇਸ ਅੰਦੋਲਨ ਚ ਵੀ ਸਾਡੇ ਸਾਰਾ ਭਾਈਚਾਰਕ ਸਾਂਝ ਹੀ ਨਹੀਂ ਰਹੀ, ਜਿੰਨਾ ਸਾਨੂੰ ਸਾਥ ਮਿਲਿਆ ਸ਼ਹਿਰਾਂ ਚੋਂ, ਪਿੰਡਾਂ ਚੋਂ, ਹਰ ਵਰਗ ਤੋਂ, ਉਹ ਆਪਣੇ ਆਪ ਵਿਚ ਲਾਮਿਸਾਲ ਹੈ। ਅਸੀਂ ਉਹ ਕਿਸੇ ਕੀਮਤ ਤੇ ਆਪਣਾ ਭਾਈਚਾਰਾ ਤੋੜਨ ਨੂੰ ਤਿਆਰ ਨਹੀਂ। ਉਹਦਾ ਜਿਹੜੀ ਆਵਾਮ ਆ, ਕੱਲੇ ਕਿਸਾਨ ਨਹੀਂ, ਕੱਲੇ ਐਸਕੇਐਮ ਨਹੀਂ, ਆਵਾਮ ਵੀ ਹੈਰਾਨ ਆ ਵੀ ਕਿਹਦਾ ਨਾਲ ਸਾਥ ਦਈਏ। ਜਦੋਂ ਕਿਸੇ ਦਾ ਸਾਥ ਦਿੰਦੇ ਆ, ਇੱਕ ਐਮਪੀ ਖੜਾ ਹੁੰਦਾ ਉਹਦਾ ਸਾਥ ਦੇ ਦਿੰਦੇ ਆ, ਉਹ ਇੱਕ ਸਾਲ ਬਾਅਦ ਦੂਜੀ ਪਾਰਟੀ ਚਲੇ ਜਾਂਦਾ, ਤਾਂ ਲੋਕ ਆਪਣੇ ਕੰਮ ਕਰਾਉਣ ਉਸ ਕੋਲ ਜਾਂਦੇ ਆ, ਤਾਂ ਉਹ ਕਹਿੰਦਾ ਤੁਸੀਂ ਉਸ ਪਾਰਟੀ ਨੂੰ ਵੋਟ ਦਿੱਤੀ ਸੀ, ਸਾਨੂੰ ਨਹੀਂ ਦਿੱਤੀ ਸੀ। ਜੇ ਉਸ ਪਾਰਟੀ ਕੋਲ ਜਾਂਦੇ ਆ, ਉਹ ਕਹਿੰਦੇ ਤੁਸੀਂ ਉਸ ਆਦਮੀ ਨੂੰ ਵੋਟ ਦਿੱਤੀ ਸੀ, ਸਾਨੂੰ ਨਹੀਂ ਦਿੱਤੀ ਸੀ। ਤਾਂ ਬਹੁਤ ਵੱਡਾ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਆਇਆ, ਜਿਹੜਾ ਪਾਰਟੀ ਛੱਡ ਕੇ ਦੂਜੇ ਚਲੇ ਜਾਣਾ, ਤਾਂ ਲੋਕ ਵੋਟ ਪਾਉਣ ਨੂੰ ਮਜਬੂਰ ਹੋਏ ਆ ਵੀ ਜਾਈਏ ਤਾਂ ਜਾਈਏ ਕਿਤੇ। ਇਕੱਲੇ ਐਸਕੇਐਮ ਨਹੀਂ, ਸਾਰੇ ਬੰਦੇ ਹੀ ਮਜਬੂਰ ਨੇ ਵੀ ਲੋਕ ਇੱਕ ਇਨਸਾਨ ਨੂੰ ਵੋਟ ਪਾਈ ਜਾਵੇ ਜਿਹਦੀ ਪਾਰਲੀਮੈਂਟ ਸਾਡੀ ਆਵਾਜ਼ ਉਠਾਊ, ਜਾਂ ਇੱਕ ਪਾਰਟੀ ਨੂੰ ਵੋਟ ਪਾਈ ਜਾਵੇ ਜਿਹੜੀ ਸਾਡੀ ਪਾਰਲੀਮੈਂਟ 'ਚ ਆਵਾਜ਼ ਉਠਾਊਗੀ। ਦਾ ਜਵਾਬ ਹੈ, ਬਖਤੋਂ ਕੁੰਜੀ ਡੂਣੀ ਗਾਵੇ ਆਲ ਪਤਾਲ, ਉਹ ਲੀ ਤੋਂ ਲੈ ਗਏ ਤਾਂ ਇਹੋ ਜਿਹੀਆਂ ਗੱਲਾਂ ਕਰਦੇ ਆ। ਅਫਸੋਸਨਾਕ ਹੈ ਇੰਨੀ ਮਾੜੀ ਸੋਚ ਰੱਖਣਾ। ਅਸੀਂ ਤਾਂ ਕਿਸੇ ਦਾ ਇੱਦਾਂ ਦਾ ਵਿਰੋਧ ਕਰਨ ਦਾ ਕਦੇ ਸੋਚਿਆ ਨਹੀਂ। ਸਾਰੀ ਉਮਰ ਹੋ ਗਈ ਇੱਦਾਂ ਲੜਦੇ ਵੀ ਰਹੇ ਹਾਂ, ਸਵਾਲ ਵੀ ਕਰਦੇ ਰਹੇ ਹਾਂ, ਪਰ ਅਸੀਂ ਕਿਸੇ ਦੇ ਨਿੱਜੀ ਤੌਰ ਤੇ ਦੁਸ਼ਮਣ ਨਹੀਂ ਬਣੇ। ਹੰਸਰਾਜ ਹੰਸ, ਉਹ ਥੋੜ੍ਹੀ ਦੇਰ ਤੋਂ ਉਹਨਾਂ ਨੂੰ ਦਾਅ ਲੱਗ ਗਿਆ ਬੀਜੇਪੀ ਦੇ ਵਿੱਚ ਐਮ ਪੀ ਬਣਨ ਦਾ, ਉਹ ਬੇਚਾਰਾ ਹੁਣ ਕੁਛ ਤਾਂ ਕਹਿ ਕੇ ਖਹਿੜਾ ਛਡਾਊਗਾ ਹੀ। ਉਹਨਾਂ ਦੇ ਕੋਲ ਨੰਬਰ ਬਣਾਉਣੇ ਨੇ ਆਪਣੇ ਆਕਾ ਦੇ ਕੋਲ, ਤੇ ਕੋਈ ਨੀ, ਉਹਨੂੰ ਕਹਿ ਲੈਣ ਦੋ, ਅਸੀਂ ਨੀ ਲੜਦੇ। ਉਹਦਾ ਲੜਾਈ ਦਾ ਸੁਭਾਅ ਹੈਗਾ, ਕਰ ਲਵੇ ਜੀ ਸਦ ਕੇ, ਜਦੋਂ 2 ਤਰੀਕ ਤੋਂ ਬਾਅਦ ਕੁਛ ਕਰੂਗਾ ਫਿਰ ਦੇਖਾਂਗੇ, ਇਹਦਾ ਸਵਾਲ ਇਹਦਾ ਜਵਾਬ ਉਸ ਵੇਲੇ ਦੇਵਾਂਗੇ। ਅੱਜ
ਸਾਨੂੰ ਨਹੀਂ ਲੱਗਦਾ ਸਾਡਾ ਜਦੋਂ ਮੰਨ ਲਈ ਕੱਲਾ ਬੰਦਾ ਹਵਾ ਚ ਡਾਂਗਾ ਮਾਰੀ ਜੀ ਜਦੋਂ ਸਾਹਮਣੇ ਵਾਲਾ ਤਾਂ ਕੋਈ ਤਿਆਰ ਨਹੀਂ ਲੜਨ ਨੂੰ ਅਸੀਂ ਨਹੀਂ ਲੜਦੇ ਇਹ ਬਾਕਾਇਦਾ ਡਿਕਲੇਅਰਡ ਹੈ ਪਾਲਿਸੀ ਵੀ ਜਦੋਂ ਸੀਨੀਅਰ ਲੀਡਰ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਜਦੋਂ ਇੱਥੇ ਆਉਣਗੇ ਅਸੀਂ ਪੀਸਫੁਲੀ ਉਹਨਾਂ ਨੂੰ ਵੀ ਸਵਾਲ ਕਰਾਂਗੇ।